ਇਸ ਸਭਾ 'ਚ ਜਿੰਨੇ ਵੱਡੇ ਬੈਠੇ ਨੇ ਸਾਰਿਆਂ ਨੂੰ ਦਰਜਾ ਬਦਰਜਾ ਸਤਿਕਾਰ ਖੁਜਾਰਤੀਆਂ ਵਿਦਿਆਰਥੀਆਂ ਨੂੰ ਬਹੁਤ ਸਾਰਾ ਪਿਆਰ ਸਭ ਤੋਂ ਪਹਿਲਾਂ ਮੈਂ ਇਹ ਦਿਲੋਂ ਮੁਬਾਰਕ ਦੇਣੀ ਹੈ ਪ੍ਰਬੰਧਕਾਂ ਨੂੰ ਕਿ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਮੁੱਦੇ ਤੇ ਚਰਚਾ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਦੇ ਰੰਗ ਨੂੰ ਬਹੁ ਰੰਗਾ ਬਣਾਉਣ ਦੇ ਵਿੱਚ ਭੂਮਿਕਾ ਦਾ ਕੀਤੀ ਪੰਜਾਬੀ ਯੂਨੀਵਰਸਿਟੀ ਦਾ ਰੰਗ ਬਹੁ ਰੰਗਾ ਨਹੀਂ ਹੁੰਦਾ ਅਕਸਰ ਪਰ ਇਸ ਤਰ੍ਹਾਂ ਦੇ ਪ੍ਰੋਗਰਾਮ ਇਹਨੂੰ ਬਹੁ ਰੰਗਾ ਬਣਾਉਂਦੇ ਨੇ ਸੋ ਉਸ ਪੱਖੋਂ ਮੁਬਾਰਕ ਤੇ ਮੇਰੇ ਵੱਲੋਂ ਪ੍ਰਸ਼ੰਸਾ ਵੀ ਅ ਮੈਂ ਸਨਮੇ ਬਾਰੇ ਕੁਝ ਗੱਲ ਕਰਨੀ ਆ ਪਰ ਉਸ ਤੋਂ ਪਹਿਲਾਂ ਕੁਝ ਹੋਰ ਗੱਲਾਂ ਜਦੋਂ ਪਰਮਜੀਤ ਹੋਰੀ ਬੋਲ ਰਹੇ ਸੀ ਤਾਂ ਮੇਰੀ ਮੇਰੀਆਂ ਯਾਦਾਂ ਚੋਂ ਕੁਝ ਚੀਜ਼ਾਂ ਉੱਭਰਨੀ ਸ਼ੁਰੂ ਹੋ ਗਈਆਂ ਮੈਂ ਸੋਚਿਆ ਕਿ ਕੀ ਨਿੱਜੀ ਗੱਲ ਕਰਨੀ ਬਾਜਬਰ ਹੋਊਗੀ ਜਾ ਨਹੀਂ ਫਿਰ ਮੈਂ ਸੋਚਿਆ ਚਲੋ ਵਿਚਾਰਾਂ ਦੀ ਆਜ਼ਾਦੀ ਤੇ ਰੱਖਿਆ ਹੋਇਆ ਮੁੱਦਾ ਮੈਂ ਵੀ ਵਿਚਾਰਾਂ ਦੀ ਆਜ਼ਾਦੀ ਦੇ ਹਵਾਲੇ ਨਾਲ ਕੁਝ ਗੱਲਾਂ ਕਰੇ ਲੈਣਾ ਤਾਂ ਇਹ ਗੱਲ ਕੋਈ 12 14 ਸਾਲ ਪਹਿਲਾਂ ਸ਼ੁਰੂ ਹੋਈ ਮੈਨੂੰ ਇਵੇਂ ਲੱਗਣ ਲੱਗਿਆ ਕਿ ਜੇ ਪੰਜਾਬ ਨੂੰ ਸਮਝਣਾ ਤਾਂ ਸਾਨੂੰ ਦੋ ਮਰਹਲਿਆਂ ਨੂੰ ਸਮਝਣਾ ਪਊਗਾ ਇੱਕ 47 ਤੇ ਦੂਸਰਾ 84 ਤੇ ਮੈਂ ਦੋਵਾਂ ਦੇ ਉੱਪਰ ਕਾਫੀ ਕੰਮ ਕੀਤਾ ਤੇ 84 ਦੇ ਉੱਪਰ ਕੰਮ ਕਰਦਿਆਂ ਕਰਦਿਆਂ ਪੰਜਾਬੀ ਅਕਾਡੈਮਿਕਸ ਦੇ ਵਿੱਚ ਇਹ ਨਹੀਂ ਕਿ ਮੈਨੂੰ ਕਿਸੇ ਨੇ ਬੋਲਣ ਨਹੀਂ ਦਿੱਤਾ ਹੈਗਾ ਮੈਂ ਜਦੋਂ ਗੱਲ ਕਰਦਾ ਤਾਂ ਪਰ ਇਸ ਤਰ੍ਹਾਂ ਦੀ ਗੱਲ ਜ਼ਰੂਰ ਸ਼ੁਰੂ ਹੁੰਦੀ ਵੀ ਇਹ ਕੀ ਕਰੀ ਜਾਂਦਾ ਇਹ ਕਿਸ ਮੁੱਦੇ ਤੇ ਗੱਲ ਗੱਲ ਕਰੀ ਜਾਂਦਾ ਕਿ ਸਿਨਮੇ ਵਿੱਚ ਮਿਲੀਟੈਂਟ ਕਿਵੇਂ ਪੇਸ਼ ਹੋਏ ਨੇ ਤੇ ਮਿਲੀਟੈਂਟਾਂ ਦੀ ਪੇਸ਼ਕਾਰੀ ਠੀਕ ਨਹੀਂ ਹੈਗੀ ਪੰਜਾਬੀ ਦਾ ਜਿਹੜਾ ਨਾਵਲ ਆ ਉਹ ਜਿਹੜਾ ਇਹ ਦੌਰ ਆ ਮਿਲਿਟੈਂਸੀ ਦਾ ਉਹਨੂੰ ਬਿਲਕੁਲ ਇੱਕ ਪਾਸੜ ਤਰੀਕੇ ਨਾਲ ਕੁਝ ਰਚਨਾਵਾਂ ਨੂੰ ਛੱਡ ਕੇ ਪੇਸ਼ ਕਰਦਾ ਹੌਲੀ ਹੌਲੀ ਮੈਨੂੰ ਮੇਰੇ ਵੱਡਿਆਂ ਨੇ ਸਮਝਾਉਣਾ ਸ਼ੁਰੂ ਕੀਤਾ ਫਿਰ ਹੌਲੀ ਹੌਲੀ ਮੇਰੇ ਤੇ ਇਹ ਵੀ ਕਿਤੇ-ਕਿਤੇ ਮੈਂ ਸੁਣਦਾ ਤੇ ਮੈਨੂੰ ਕਹਿੰਦੇ ਵੀ ਇਹ ਖਾਲਸਤਾਨੀ ਹੈ ਇੱਕ ਵਾਰ ਇੱਕ ਵਾਰ ਅਸੀਂ ਦਿੱਲੀ ਸੈਮੀਨਾਰ ਤੋਂ ਆ ਰਹੇ ਦਿੱਲੀ ਸੈਮੀਨਾਰ ਦੇ ਵਿੱਚ ਮੈਂ ਮਿਲਿਟੈਂਟਲੀ ਸ਼ਬਦ ਵਰਤਿਆ ਮੁੰਡਾ ਮੁੰਡੇ ਮੁੰਡੇ ਐ ਕਰਦੇ ਤੇ ਮੇਰੇ ਨਾਲ ਕੁਝ ਸੀਨੀਅਰ ਟੀਚਰ ਸੀ ਤੇ ਸਾਰਾ ਰਸਤਾ ਹੀ ਮੇਰੇ ਨਾਲ ਲੜਦੇ ਆਏ ਮੈਂ ਲੜਦਾ ਵੀ ਤੂੰ ਇਹਨਾਂ ਨੂੰ ਮਤਲਬ ਇਸ ਤਰ੍ਹਾਂ ਕਿਉਂ ਕਹਿਣਾ ਤੇ ਇਹ ਚੀਜ਼ ਜਿਹੜੀ ਆ ਕਿ ਇਹ ਵੀ ਹੈਗੀ ਆ ਕਿ ਜਿਵੇਂ ਮੈਂ ਇੱਕ ਹੋਰ ਇਨਸੀਡੈਂਟ ਜਾਦਾ ਕਿ ਮੇਰੇ ਮਨ 'ਚ ਇੱਕ ਵਾਰ ਖਿਆਲ ਆਇਆ ਕਾਫੀ ਪੁਰਾਣੀ ਗੱਲ ਆ ਕਿ ਮੈਂ ਅਜਮੇਰ ਸਿੰਘ ਦੀਆਂ ਕਿਤਾਬਾਂ ਦੇ ਐਮਫਿਲ ਕਰਾਦਾ ਪਰ ਫਿਰ ਮੈਨੂੰ ਹੌਲੀ-ਹੌਲੀ ਸਾਰਿਆਂ ਨੇ ਕਿਹਾ ਕਿ ਨਹੀਂ 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 ਇਹਦੀ ਕੋਈ ਆ ਲੋੜ ਨਹੀਂ ਹੈਗੀ ਤਾਂ ਉਹ ਫਿਰ ਫਿਰ ਇਹ ਹੋਇਆ ਕਿ ਆ ਵੀ ਇਹ ਚੀਜ਼ ਨੂੰ ਕਿਵੇਂ ਨਜਿੱਠੇ ਜਾਵੇ ਮੈਂ ਸਮਝਦਾ ਕਿ ਮੇਰੇ ਗੱਲ ਕਰਨ ਨਾਲ ਮੇਰੀ ਗੱਲ ਸੁਣੀ ਵੀ ਗਈ ਪਰ ਕਿਤੇ ਨਾ ਕਿਤੇ ਮੇਰੀ ਗੱਲ ਨੂੰ ਦਬਾਇਆ ਵੀ ਗਿਆ ਜਾਂ ਉਹ ਐਪਰੀਸ਼ੀਏਟ ਨਾ ਕੀਤਾ ਗਿਆ ਜੇ ਦਬਾਉਣਾ ਨਹੀਂ ਹੈਗਾ ਤਾਂ ਤੁਸੀਂ ਐਪਰੀਸ਼ੀਏਟ ਨਾ ਕਰੋ ਪਰ ਮੈਂ ਕੋਸ਼ਿਸ਼ ਕਰਦਾ ਰਿਹਾ ਉਹਦੇ ਨਾਲ ਮੈਂ ਸਮਝਦਾ ਕਿ ਥੋੜਾ ਜਿਹਾ ਘੇਰਾ ਮੋਕਲਾ ਜ਼ਰੂਰ ਹੋਇਆ ਪੰਜਾਬੀ ਐਕਾਡੈਮਿਕਸ ਦਾ ਕਿ ਇਸ ਤਰ੍ਹਾਂ ਦੇ ਮੁੱਦਿਆਂ ਤੇ ਵੀ ਗੱਲ ਹੋਵੇ ਭਾਵੇਂ ਤੁਹਾਨੂੰ ਵਿਰੋਧਤਾ ਹੀ ਸੈਣੀ ਪੈ ਚੁਕੀ ਸੋ ਇਹ ਮੇਰੀ ਨਿੱਜੀ ਗੱਲ ਸੀ ਕਿ ਪੰਜਾਬੀ ਇਸੇ ਕਰਕੇ ਮੈਂ ਕਿਹਾ ਸੀ ਕਿ ਪੰਜਾਬੀ ਯੂਨੀਵਰਸਿਟੀ ਦੀ ਸਪੇਸ ਤੇ ਮੈਨੂੰ ਇੱਕ ਹੋਰ ਗੱਲ ਵੀ ਯਾਦ ਆ ਗਈ ਡਾਕਟਰ ਸਰਜੀਤ ਬੈਠੇ ਨੇ ਮੈਂ ਜਦੋਂ ਦੀਪ ਸਿੱਧੂ ਗੁਜ਼ਰੇ ਆ ਤਾਂ ਮੈਨੂੰ ਬੜਾ ਮਤਲਬ ਅਫਸੋਸ ਜਿਹਾ ਹੋਇਆ ਦੁੱਖ ਹੋਇਆ ਵੀ ਮੁੰਡਾ ਮਤਲਬ ਕਾਫੀ ਲਾਇਕ ਸੀ ਤੁਸੀਂ ਉਹਦੀ ਵਿਚਾਰਧਾਰਾ ਨਾਲ ਸਹਿਮਤ ਹੋ ਮੋ ਜਾਂ ਨਾ ਹੋਮ ਤੇ ਮੈਂ ਉਹਦੀ ਫਿਲਮ ਜ਼ੋਰਾ 10 ਨੰਬਰੀਆ ਦਾ ਦੇ ਹਵਾਲੇ ਨਾਲ ਕਿਉਂਕਿ ਮੇਰਾ ਕੰਮ ਸਿਨੇਮਾ ਤੇ ਆ ਤੇ ਮੈਂ ਉਹਦਾ ਰਿਵਿਊ ਕੀਤਾ ਤੇ ਮੈਂ ਮੂਰੀ ਮੂਰੇ ਥੋੜੀ ਜੀ ਪ੍ਰਸ਼ੰਸਾ ਕਰਤੀ ਪਰ ਫਿਰ ਮੈਨੂੰ ਲੱਗਿਆ ਕਿ ਸ਼ਾਇਦ ਪੰਜਾਬੀ ਡਿਪਾਰਟਮੈਂਟ ਦੇ YouTube ਚੈਨਲ ਤੇ ਇਹ ਗੱਲ ਉਸ ਤਰ੍ਹਾਂ ਨਾਲ ਸਵਕਾਰੀ ਨਾ ਜਾਵੇ ਖਾਸ ਤਰ੍ਹਾਂ ਦੀ ਵਿਚਾਰਧਾਰਾ ਦੇ ਫਿਰ ਮੈਂ ਪੇਜੀਆ ਫਿਰ ਡਿਸਕਸ ਹੋਇਆ ਵੀ ਨਹੀਂ ਆਪਾਂ ਇਹਨੂੰ ਕਿਤੇ ਹੋਰ ਪਾ ਦਿੰਦੇ ਆ ਫਿਰ ਮੈਂ ਉਹਨੂੰ ਆਪਦੇ ਮੈਂ ਉਦੋਂ YouTube ਦਾ ਨਿੱਜੀ ਚੈਨਲ ਬਣਾ ਲਿਆ ਫਿਰ ਮੈਂ ਮੁੜ ਕੇ ਨਹੀਂ ਕਦੇ ਵਾਪਰੇ ਵਰਤੇ ਆ ਉਹ ਪਰ ਫਿਰ ਮੈਂ ਉਸ ਤੇ ਪਾਤੀ ਸੋ ਸਾਰੇ ਕਿਤੇ ਹੀ ਵਿਚਾਰਾਂ ਦੀ ਆਜ਼ਾਦੀ ਦਾ ਮਸਲਾ ਪੰਜਾਬ ਦੀ ਪ੍ਰੋਬਲਮ ਇਹ ਰਹੀ ਕਿ ਪੰਜਾਬ ਦੇ ਵਿੱਚ ਜਿਹੜੇ ਖੱਬੇ ਪੱਖੀ ਕਾਦਮਿਕਤਾ ਤੇ ਸਿੱਖਾਂ ਦੇ ਵਿੱਚ ਪਤਾ ਨਹੀਂ ਕਿਉਂ ਇੱਕ ਪਾੜਾ ਜਿਹਾ ਬਣ ਗਿਆ ਤੇ ਜਿਹੜਾ ਹੁਣ ਮੇਰੀ ਖਿਆਲ ਦੇ ਵਿੱਚ ਹੁਣ ਕੁਝ ਅ ਘਟਣਾ ਸ਼ੁਰੂ ਹੋਇਆ ਤੇ ਉਹ ਇੱਕ ਬਹੁਤ ਹੀ ਚੰਗਾ ਸ਼ਗਨ ਸੋ ਇਸ ਸ਼ੁਰੂਆਤ ਦੇ ਨਾਲ ਇੱਕ ਹੋਰ ਗੱਲ ਮੈਂ ਕਰਨੀ ਆ ਸਿਕੰਦਰ ਹੁਰੀ ਕਰਕੇ ਗਏ ਨੇ ਕਿ ਕਿ ਸੋਸ਼ਲ ਮੀਡੀਆ ਤੇ ਇੱਕ ਗੱਲ ਵਾਪਰੀ ਕਿ ਦੇਹ ਤੇ ਦੇਹ ਬਖ ਹੋ ਗਈ ਤੁਹਾਡੀ ਉੱਥੇ ਕੇਵਲ ਆਵਾਜ਼ ਆ ਜਾਂ ਲਿਖਤ ਤਾਂ ਮੈਂ ਤੁਹਾਨੂੰ ਇੱਕ ਫਿਲਮ ਦੇ حوالے ਨਾਲ ਗੱਲ ਕਰਨੀ ਆ ਫਿਲਮ ਦਾ ਨਾਮ ਹਰ ਹਰ ਐਚ ای ਆਰ ਤੇ ਉਹਦੇ ਵਿੱਚ ਇੱਕ ਬੰਦਾ ਤੇ ਉਹ ਡਿਵੋਰਸ ਉਹਦਾ ਹੋ ਚੁੱਕਿਆ ਤੇ ਉਹ ਬਹੁਤ ਹੀ ਜਾਨੀ ਨਿਰਾਸ਼ ਹੋ ਗਿਆ ਜ਼ਿੰਦਗੀ ਦੇ ਵਿੱਚ ਤੇ ਫਿਊਚਰ ਦੇ ਵਿੱਚ ਸੈੱਟ ਕੀਤੀ ਗਈ ਆ ਫਿਰ ਤੇ ਕੋਪਰੇਟਿੰਗ ਸਿਸਟਮ ਖਰੀਦ ਲੈਂਦਾ ਤੇ ਆਪਰੇਟਿੰਗ ਸਿਸਟਮ ਉਹਦੇ ਤੋਂ ਪਹਿਲਾਂ ਦੋ ਤਿੰਨ ਸਵਾਲ ਕਰਦਾ ਵੀ ਤੂੰ ਸੋਸ਼ਲ ਆ ਕੈਂਟੀ ਸੋਸ਼ਲ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਤੇ ਫਿਰ ਉਹ ਕਹਿੰਦਾ ਕਿ ਲੋ ਤੁਹਾਡੇ ਲਈ ਮਤਲਬ ਹਾਜ਼ਰ ਆ ਤੁਹਾਡਾ ਦੋਸਤ ਹੈ ਨਾ ਇੱਕ ਫਿਰ ਲੜਕੀ ਦੀ ਆਵਾਜ਼ ਆਉਂਦੀ ਆ ਤੇ ਉਹ অপারেটিং ਸਿਸਟਮ ਜੋ ਕੰਪਿਊਟਰ ਟਾਈਪ ਦੀ ਸਕਰੀਨ ਆ ਉਹ ਫਿਲਮ ਦੇ ਵਿੱਚ ਤੇ ਉਹ ਕਹਿੰਦਾ ਵੀ ਤੇਰਾ ਨਾਂ ਕੀ ਆ ਉਹ ਆਵਾਜ਼ ਕਹਿੰਦੀ ਸਮੰਥਾ ਚਣੀ ਉਹ ਉਸਤੇ ਨਾਲ ਇੰਨਾ ਇਨਵੋਲਵ ਹੋ ਜਾਂਦਾ ਕਿ ਉਸ ਨੂੰ ਇਸ਼ਕ ਕਰਨ ਲੱਗ ਜਾਂਦਾ ਆਪਦੇ ਦੋਸਤ ਮਿੱਤਰਾਂ ਨੂੰ ਵੀ ਦੱਸਦਾ ਕਿ ਮੇਰੇ ਜਿਹੜੀ ਗਰਲਫ੍ਰੈਂਡ ਆ ਉਹ ਇੱਕ অপারেটিং ਸਿਸਟਮ ਆ ਤੇ ਉਹ ਉਹਦੀ ਜੇਬ ਚ ਰਹਿਦਾ ਹਰ ਫੋਨ ਵਰਗੀ ਚੀਜ਼ ਆ ਤੇ ਉਹ ਹਰ ਗੱਲ ਦੇ ਵਿੱਚ ਉਹਦੇ ਨਾਲ ਗੱਲਾਂបੱਤਾਂ ਕਰਦਾ ਉਹ ਸੈਕਟਰੀ ਵੀ ਬਣ ਜਾਂਦੀ ਹੈ ਉਹਦੀ ਪਰ ਇੱਕ ਸਟੇਜ ਤੇ ਉਹਨੂੰ ਪਤਾ ਲੱਗਦਾ ਜਾ ਕੇ ਉਹ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਪਿਆਰ ਕਰਦੀ ਹਾਂ ኦਪਰੇਟਿੰਗ ਸਿਸਟਮ ਆ ਜਿਹੜਾ ਇੱਕ ਸਟੇਜ ਤੇ ਜਾ ਕੇ ਬੰਦਾ ਪਤਾ ਲੱਗਦਾ ਕਿ 8000 ਬੰਦਿਆਂ ਨਾਲ ਹੋਰ ਗੱਲਾਂ ਕਰ ਰਹੀ ਹੈ ਜਿਹਦੇ ਵਿੱਚੋਂ 650 ਨਾਲ ਪਿਆਰ ਕਰ ਰਹੀ ਹੈ ਤੇ ਜਦੋਂ ਉਹਨੂੰ ਇਹ ਸਕਲ ਦਾ ਪਤਾ ਲੱਗਦਾ ਉਹਦਾ ਦਿਲ ਟੁੱਟ ਜਾਂਦਾ ਵੀ ਇਹ ਕੀ ਮਤਲਬ ਕਿਉਂਕਿ ਤੁਸੀਂ ਫਿਰਦੇ ਦੀ ਗੈਰ ਹਾਜ਼ਰੀ ਵੀ ਕਿਤੇ ਹੈ ਹੀ ਨਹੀਂ ਕਿ ਫੋਨ 'ਚ ਚੱਕੀ ਫਰੀ ਜਾਂਦਾ ਮੈਂ ਉਹ ਦੋ ਚੀਜ਼ਾਂ ਇੱਕ ਇਹ ਕਿ ਇੰਨਿਆਂ ਨਾਲ ਗੱਲ ਕਰ ਰਹੀ ਹੈ ਦੂਸਰਾ ਇਹ ਕਿ ਤੇ ਉਹ ਫਿਰ ਵਾਪਸੀ ਕਰਦਾ ਜਿਹੜੇ ਆਪਣੇ ਦੋਸਤਾਂ ਨੂੰ ਛੱਡ ਚੁੱਕਿਆ ਹੁੰਦਾ ਜਿਹੜੀ ਆਪਣੀ ਵਾਈਫ ਨੂੰ ਛੱਡ ਚੁੱਕਿਆ ਹੁੰਦਾ ਵਾਪਸ ਆ ਕੇ ਦੁਬਾਰੇ ਰਿਸ਼ਤੇ ਜੋੜਦਾ ਤੇ ਫਿਲਮ ਇਹ ਸੁਝਾਉਂਦੀ ਆ ਕਿ ਇਨਸਾਨੀ ਰਿਸ਼ਤਿਆਂ ਦਾ ਤੁਹਾਡੀ ਦੇਹਿਕ ਹਾਜ਼ਰੀ ਤੋਂ ਬਿਨਾ ਤੁਹਾਡੀ ਭਰਪੂਰਤਾ ਨਹੀਂ ਹੋ ਸਕਦੀ ਤੁਸੀਂ ਜ਼ਿੰਦਗੀ ਦੇ ਵਿੱਚ ਭਰੇ-ਪੂਰੇ ਮਹਿਸੂਸ ਨਹੀਂ ਕਰ ਸਕਦੇ ਹੈਗੇ ਜੇ ਤੁਹਾਨੂੰ ਮੌਕਾ ਲੱਗੇ ਤਾਂ ਜ਼ਰੂਰ ਉਸ ਫਿਲਮ ਨੂੰ ਦੇਖਿਓ ਇੱਕ ਮੈਂ ਡਾਕੂਮੈਂਟਰੀ ਤੁਹਾਨੂੰ ਵਿਸ਼ੇ ਉਹਦੀ ਗੱਲ ਵਿੱਚੋਂ ਵਿੱਚੋਂ ਆਉਂਦੀ ਰਹੀ ਆ ਉਹ Netflix ਨੇ ਡਾਕੂਮੈਂਟਰੀ ਬਣਾਈ ਸੀ ਦਾ ਸੋਸ਼ਲ ਡਾਇਲਮਾ ਉਹਦੇ ਵਿੱਚ ਬਹੁਤ ਸਾਰੇ ਉਹਨਾਂ ਲੋਕਾਂ ਦੀਆਂ ਇੰਟਰਵਿਊਜ਼ ਨੇ ਜਿਹੜੇ ਪਹਿਲਾਂ Google ਦੇ ਵਿੱਚ Facebook ਦੇ ਵਿੱਚ ਇਸ ਤਰ੍ਹਾਂ ਦੀਆਂ ਵੱਡੀਆਂ ਫਰਮਾਂ ਦੇ ਵਿੱਚ ਕੰਮ ਕਰਦੇ ਸੀ ਤੇ ਜਿਹੜੇ ਹੁਣ ਛੱਡ ਚੁੱਕੇ ਨੇ ਇਸ ਕਰਕੇ ਕਿ ਅਸੀਂ ਇਹ ਇੰਨਾ ਅਨੈਤਿਕ ਕੰਮ ਆ ਕਿਸੀ ਅਦੇ ਹਿੱਸੇਦਾਰ ਨਹੀਂ ਬਣੇ ਰਹਿ ਸਕਦੇ ਤੇ ਫਿਰ ਉਹ ਸਾਰੀ ਗੱਲ ਜਿਹੜੀ ਅੱਜ ਲੈਕਚਰ ਦੇ ਵਿੱਚ ਆ ਵੀ ਆਉਂਦੇ ਰਹੇ ਵੇ ਅਲਗੋਰਿਥਮਸ ਕਿਵੇਂ ਕੰਮ ਕਰਦੇ ਆ ਕਿ ਉਹਨਾਂ ਨੂੰ ਇੱਕ ਟਾਸਕ ਦਿੱਤਾ ਜਾਂਦਾ ਮੁੜ ਕੇ ਆਪੇ ਲਾਇਕ ਹੋਣੇ ਸ਼ੁਰੂ ਹੋ ਜਾਂਦੇ ਨੇ ਆਪੇ ਸਾਰੀਆਂ ਚੀਜ਼ਾਂ ਕਰਨ ਲੱਗ ਜਾਂਦੇ ਆ ਮੈਨੂੰ ਇੱਕ ਗੱਲ ਇਹ ਵੀ ਯਾਦ ਆਉਂਦੀ ਰਹੀ ਕਿ ਜਦੋਂ ਗੁਰਵਿੰਦਰ ਸਿੰਘ ਨੇ ਫਿਲਮਾਂ ਬਣਾਈਆਂ ਚੌਥੀ ਕੂਟ ਅੰਨੇ ਘੋੜੇਦਾਨ ਅਧ ਚੰਨੀ ਰਾਤ ਤੇ ਉਹਦੀਆਂ ਫਿਲਮਾਂ ਬਾਰੇ ਇਹ ਕਿਹਾ ਗਿਆ ਕਿ ਸਮਝ ਤਾਂ ਆਉਂਦੀਆਂ ਨਹੀਂ ਹੈਗੀਆਂ ਸਲੋ ਬਹੁਤ ਨੇ ਕਹਾਣੀ ਤੇਜ਼ ਨਹੀਂ ਚੌਥੀ ਕੂਟ ਤਾਂ ਉਹੀ ਜਿਹੜਾ ਮਿਲਟੈਂਸੀ ਦਾ ਪੀਰੀਅਡ ਆ ਉਹਦੇ ਤੇ ਬਣੀ ਹੋਈ ਆ ਦੋ ਕਹਾਣੀਆਂ ਤੇ ਮੈਂ ਹੁਣ ਠੀਕ ਠਾਕ ਹਾਂ ਤੇ ਚੌਥੀ ਕੂਟ ਤਾਂ ਗੁਰਵਿੰਦਰ ਸਿੰਘ ਨੇ ਉਹ ਫਿਲਮਾਂ ਰਿਲੀਜ਼ ਵੀ ਕਰਤੀਆਂ ਦੋ ਫਿਲਮਾਂ ਰਿਲੀਜ਼ ਹੋਈਆਂ ਪਰ ਫਿਰ ਇਹ ਕਿਹਾ ਗਿਆ ਕਿ ਕਿਤੇ ਪੰਜ ਦਰਸ਼ਕ ਬੈਠੇ ਸੀ ਤੇ ਕਿਤੇ 10 ਬੈਠੇ ਸੀ ਤੇ ਮੁੜ ਕੇ ਗੁਰਵਿੰਦਰ ਸਿੰਘ ਨੇ ਇਹ ਗੱਲ ਕਹੀ ਕਿ ਅਸਲ ਵਿੱਚ ਮੈਂ ਗਲਤੀ ਕੀਤੀ ਸਾਨੂੰ ਇਸ ਤਰੀਕੇ ਪੈਣਾ ਹੀ ਨਹੀਂ ਚਾਹੀਦਾ ਸੀ ਦੂਜੇ ਦੀ ਗੇਮ 'ਚ ਪੈਣਾ ਹੀ ਨਹੀਂ ਚਾਹੀਦਾ ਸੀ ਜਿਹੜਾ ਸਿਨੇਮਾ ਉਹ ਪਪੂਲਰ ਦਾ ਮੀਡੀਆਮ ਆ ਤੇ ਮੇਰੀਆਂ ਫਿਲਮਾਂ ਉਸ ਤਰ੍ਹਾਂ ਪਪੂਲਰ ਨਹੀਂ ਹੈਗੀਆਂ ਮੈਂ ਉਸ ਦੀ ਗੇਮ ਖੇਡਣ ਲੱਗ ਗਿਆ ਜੀਹਦਾ ਮੈਂ ਖਿਡਾਰੀ ਹੈ ਨਹੀਂ ਤੇ ਜਦੋਂ ਮੈਂ ਉਹ ਗੇਮ ਖੇਡ ਰਿਹਾ ਜੀਹਦਾ ਮੈਂ ਖਿਡਾਰੀ ਹੈ ਨਹੀਂ ਤਾਂ ਮੇਰੀ ਹਾਰ ਤਾਂ ਨਿਸ਼ਚਿਤ ਹੀ ਨਿਸ਼ਚਿਤ ਤਾਂ ਸਾਨੂੰ ਇਹ ਗੇਮ ਹੀ ਨਹੀਂ ਖੇਡਣੀ ਚਾਹੀਦੀ ਸੀ ਮੇਰੇ ਮਨ 'ਚ ਇਹ ਖਿਆਲ ਆਇਆ ਕਿ ਜਦੋਂ ਅਸੀਂ ਇਹ ਕਹਿ ਰਹੇ ਆ ਕਿ ਸੋਸ਼ਲ ਮੀਡੀਆ ਤੇ ਵਿਚਾਰਾਂ ਦੀ ਆਜ਼ਾਦੀ ਇਹਦਾ ਮਤਲਬ ਅਸੀਂ ਸੋਸ਼ਲ ਮੀਡੀਆ ਨੂੰ ਮਹੱਤਵਪੂਰਨ ਮੰਨ ਰਹੇ ਆ ਅਸੀਂ ਪਹਿਲਾਂ ਹੀ ਮੰਨ ਲਿਆ ਸਵਾਲ ਇਹ ਖੜਾ ਹੁੰਦਾ ਕਿ ਕੀ ਸਾਨੂੰ ਸੋਸ਼ਲ ਮੀਡੀਆ ਤੇ ਵਿਚਾਰਾਂ ਦੀ ਆਜ਼ਾਦੀ ਦੀ ਗੇਮ ਖੇਡਣੀ ਚਾਹੀਦੀ ਆ ਜਾਂ ਸੋਸ਼ਲ ਮੀਡੀਆ ਦਾ ਸਟਰਕਚਰ ਉਹਦੀ ਬਣਤਰ ਇਸ ਤਰ੍ਹਾਂ ਦੀ ਆ ਕਿ ਜਦੋਂ ਤੁਸੀਂ ਉਹਦੀ ਗੇਮ ਦੇ ਵਿੱਚ ਜਾਓਗੇ ਤਾਂ ਉਹਦੀ ਗੇਮ ਦੇ ਜਿਹੜੇ ਹਥਿਆਰ ਨੇ ਉਹਨਾਂ ਤੋਂ ਬਚ ਨਹੀਂ ਸਕੋਗੇ ਉਹ ਤੁਹਾਡੀ ਗੇਮ ਨੂੰ ਤਹਸਨੈਸ ਕਰ ਦੂਗੀ ਰੂਲ ਦੂਗੀ ਜਿਵੇਂ ਕਿ ਹੁਣ ਇੰਨੀਆਂ ਸਾਰੀਆਂ ਗੱਲਾਂ ਹੋਈਆਂ ਉਹ ਬਹੁਤ ਸਾਰੀਆਂ ਗੱਲਾਂ ਆਪਾਂ ਵਿਰੋਧੀ ਹੋ ਗਈਆਂ ਬਹੁਤ ਸਾਰੀਆਂ ਗੱਲਾਂ ਨਵੀਆਂ ਆ ਗਈਆਂ ਅੰਤ ਨੂੰ ਕੋਈ ਵਿਦਿਆਰਥੀ ਸੋਚੂਗੇ ਗੱਲਾਂ ਤਾਂ ਜਾਂ ਠੀਕ ਸੀ ਪਰ ਹੁਣ ਮੈਂ ਲੈ ਕੇ ਕੀ ਜਾਵਾਂ ਉਹ ਬਾਹਰ ਨਿਕਲਦਾ ਨਿਕਲਦਾ ਜਿਹੜੀ ਉਹਦੀ ਰੋਜ਼ਮਰਾਂ ਦੀ ਜ਼ਿੰਦਗੀ ਆ ਉਹਦੇ ਵਿੱਚ ਫਿਰ ਚੱਲਣ ਲੱਗ ਜਾਊਗਾ ਜਿਵੇਂ ਤੁਸੀਂ ਕੋਈ YouTube ਤੇ ਵੀਡੀਓ ਦੇਖਣ ਲੱਗਦੇ ਹੋ YouTube ਤੇ ਤੁਸੀਂ ਇੱਕ ਵੀਡੀਓ ਲੱਭਦੇ ਹੋ ਉਹ ហេਠਾ ਤੁਹਾਨੂੰ ਸੁਜੈਸ਼ਨਸ ਦੇਣ ਲੱਗ ਜਾਂਦਾ ਤੁਸੀਂ ਉਹ ਸੁਜੈਸ਼ਨ ਦਾ ਥੋੜੀ ਦੇਖ ਕੇ ਦਿੱਤਾ ਹੁੰਦਾ ਵੀ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਤੁਸੀਂ ਉਹ ਸੁਜੈਸ਼ਨ ਨੂੰ ਕਲਿੱਕ ਕਰ ਲੈਣੇ ਹੋ ਫਿਰ ਉਹ ਹੋਰ ਸੁਜੈਸ਼ਨ ਆ ਜਾਂਦੀ ਫਿਰ ਤੁਸੀਂ ਉਸ ਨੂੰ ਜਿਹੜੇ ਕੰਮ ਲਈ ਤੁਸੀਂ ਕੰਮ ਸ਼ੁਰੂ ਕੀਤਾ ਹੁੰਦਾ ਉਹ ਕੰਮ ਰੁਲ ਜਾਂਦਾ ਯਾਨੀ ਤੁਸੀਂ ਥੋੜੀ ਦੇਰ ਬਾਅਦ ਭੁੱਲ ਜਾਂਦੇ ਹੋ ਵੀ ਤੁਸੀਂ ਕਿਸ ਮੁੱਦੇ ਤੇ ਚੀਜ਼ਾਂ ਕਰਨ ਲਈ ਇਹ ਕੰਮ ਸ਼ੁਰੂ ਕੀਤਾ ਸੀ ਤਾਂ ਇਹ ਵੀ ਇੱਕ ਸਾਡੇ ਸਾਹਮਣੇ ਸਵਾਲ ਆ ਕਿ ਅਸੀਂ ਸੋਸ਼ਲ ਮੀਡੀਆ ਤੇ ਜਦੋਂ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਕਰਨੀ ਆ ਤਾਂ ਉਹਦੇ ਸਟਰਕਚਰ ਨੂੰ ਪੂਰੇ ਨੂੰ ਖੋਖੇ ਬਿਨਾ ਉਹਨੂੰ ਧਿਆਨ ਰੱਖੇ ਬਿਨਾ ਜਦੋਂ ਅਸੀਂ ਗੱਲ ਕਰਾਂਗੇ ਤਾਂ ਉਹਦੇ ਵਿੱਚ ਕੜਵੜ ਹੋਣ ਦੀ ਬਹੁਤ ਸੰਭਾਵਨਾ ਜਿਹੜੀ ਉਹ ਬਣ ਜਾਂਦੀ ਹੈ ਇਹ ਵੀ ਗੱਲ ਆ ਗਈ ਕਿ ਜਿਹੜਾ ਸੋਸ਼ਲ ਮੀਡੀਆ ਉਹ ਤੁਹਾਡੇ ਵਿਹਾਰ ਨੂੰ ਬਦਲਦਾ ਕੱਲਾ ਤੁਹਾਡਾ ਧਿਆਨ ਨਹੀਂ ਵੇਚਦਾ ਹੈਗਾ ਉਹ ਤੁਹਾਡਾ ਵਿਹਾਰ ਦੇ ਬਦਲਾਵ ਨੂੰ ਵੇਚਦਾ ਕਿ ਤੁਸੀਂ ਇਸ ਚੀਜ਼ ਨੂੰ ਚਾਹੁੰਦੇ ਹੋ ਅਸੀਂ ਧਿਆਨ ਨਹੀਂ ਦੇ ਰਹੇ ਤੁਹਾਨੂੰ ਅਸੀਂ ਤੁਹਾਡੀ ਉਹਦੀ ਤਬਦੀਲੀ ਕਰ ਦਾਂਗੇ ਉਹਦੇ ਸੋਚਣ ਦੇ ਨਜ਼ਰੀਏ ਦੇ ਵਿੱਚ ਇਹ ਤਾਂ ਵੱਡੇ ਪੱਧਰ ਤੇ ਵਾਪਰ ਰਿਹਾ ਪਰ ਜਿਹੜੀ ਨਵੀਂ ਗੱਲ ਕੇ ਜਿਵੇਂ ਪਰਮਜੀਤ ਹੋਰਾਂ ਨੇ ਦੱਸਿਆ ਕਿ ਕਿੰਨੇ ਲੋਕਾਂ ਦੇ ਅਕਾਊਂਟ ਬੰਦ ਕੀਤੇ ਗਏ ਫੇਸਬੁੱਕ ਅਕਾਊਂਟ ਬੰਦ ਕੀਤੇ ਗਏ ਇਹਦਾ ਮਤਲਬ ਕੀ ਆ ਕਿ ਸਟੇਟ ਇਹ ਕਹਿੰਦੀ ਆ ਕਿ ਉਹ ਸੂਖਮ ਵਿਰੋਧ ਤਾਂ ਚੱਲੂਗਾ ਹੀ ਚੱਲੂਗਾ ਸੂਖਮ ਦਵਾ ਚੱਲੂਗਾ ਜਿਹੜਾ ਤਕਨੀਕ ਰਾਹੀਂ ਕੀਤਾ ਜਾਂਦਾ ਅਸੀਂ ਤੁਹਾਡੇ ਤੇ ਦੇਹਿਕ ਰੂਪ ਦੇ ਵਿੱਚ ਜ਼ੁਲਮ ਕਰਾਂਗੇ ਦੇਹਿਕ ਰੂਪ ਚ ਤੰਗ ਕਰਾਂਗੇ ਉੱਥੇ ਹੀ ਮੈਨੂੰ ਥੋੜੀ ਜੀ ਸੰਭਾਵਨਾ ਨਜ਼ਰ ਆਉਂਦੀ ਆ ਕਿਉਂਕਿ ਜਿਹੜਾ ਐਲਗੋਰਿਦਮ ਦੇ ਥਰੂ ਥੋੜਾ ਤੁਹਾਨੂੰ ਬਦਲਿਆ ਜਾ ਰਿਹਾ ਉਹ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਇਸ ਕਰਕੇ ਤੁਸੀਂ ਵਿਰੋਧ ਨਹੀਂ ਕਰ ਸਕਦੇ ਹੈਗੇ ਤੁਹਾਡੀ ਵਿਰੋਧ ਦੀ ਤਾਕਤ ਵੀ ਨਾਲ ਹੀ ਖੋ ਲਈ ਜਾਂਦੀ ਆ ਪ੍ਰਸ਼ਨ ਦੀ ਤਾਕਤ ਵੀ ਨਾਲ ਹੀ ਖੋ ਲਈ ਜਾਂਦੀ ਆ ਪਰ ਜਦੋਂ ਤੁਹਾਡੇ ਤੇ ਦਿਖਦੇ ਰੂਪ ਦੇ ਵਿੱਚ ਜ਼ੁਲਮ ਕੀਤਾ ਜਾਂਦਾ ਤਾਂ ਨਾਲ ਹੀ ਰਜਿਸਟੈਂਸ ਦੀ ਸੰਭਾਵਨਾ ਵੀ ਪੈਦਾ ਹੁੰਦੀ ਹੈ ਜੇ ਰਜਿਸਟੈਂਸ ਦੀ ਸੰਭਾਵਨਾ ਪੈਦਾ ਹੁੰਦੀ ਆ ਤਾਂ ਫਿਰ ਸਮਾਨੰਤਰ ਕੁਝ ਖੜਾ ਹੋਣ ਦੀ ਤੇ ਸਿੱਖਾਂ ਤੇ ਤਾਂ ਜ਼ੁਲਮ ਦਾ ਬਹੁਤ ਲੰਮਾ ਇਤਿਹਾਸ ਆ ਸੋ ਜੇ ਇਹਨਾਂ ਤੇ ਜ਼ੁਲਮ ਹੁੰਦਾ ਮੈਂ ਮੈਨੂੰ ਉੱਥੇ ਥੋੜੀ ਰੋਸ਼ਨੀ ਨਜ਼ਰ ਆਉਂਦੀ ਆ ਕਿ ਜੇ ਜ਼ੁਲਮ ਹੋ ਰਿਹਾ ਤੇ ਤਾਂ ਮਤਲਬ ਕੁਝ ਚੰਗਾ ਵਾਪਰ ਸਕੂ ਇਸ ਨਜ਼ਰ ਤੋਂ ਵੀ ਦੇਖ ਸਕਦੇ ਆ ਸੋਸ਼ਲ ਮੀਡੀਆ ਤੇ ਮੌਖਿਕਤਾ ਦੀ ਪ੍ਰਧਾਨਗੀ ਆ ਸ਼ਬਦ ਲਿਖਤ ਦੀ ਘੱਟ ਪ੍ਰਧਾਨਤਾ ਤੇ ਮੌਖਿਕਤਾ ਦੀ ਸਮੱਸਿਆ ਇਹ ਹੈ ਕਿ ਮੌਖਿਕਤਾ ਹਮੇਸ਼ਾ ਉਣੀ ਹੁੰਦੀ ਆ ਹਲਕੀ ਹੁੰਦੀ ਆ ਲਿਖਤ ਤੋਂ ਜਾਂ ਮੌਨ ਤੋਂ ਕੋਈ ਇਹ ਕਹਿ ਸਕਦਾ ਕਿ ਲਿਖਤ ਦਾ ਤਾਂ ਮੌਖਿਕਤਾ ਤਾਂ ਲਿਖਤ ਤੋਂ ਦੂਰਾਨੀ ਆ ਕਿ ਸਭ ਤੋਂ ਪਹਿਲਾਂ ਤਾਂ ਮੌਖਿਕ ਰੂਪ ਦੇ ਵਿੱਚ ਹੀ ਸਾਰਾ ਕੁਝ ਕੀਤਾ ਜਾਂਦਾ ਸੀ ਪਰ ਉਦੋਂ ਮੌਖਿਕਤਾ ਚਿੰਤਨ ਦੀ ਅਨੁਸਾਰੀ ਹੁੰਦੀ ਸੀ ਜਿਹੜੀ ਹੁਣ ਮੌਖਿਕਤਾ ਉਹ ਨਿੱਜੀ ਬਲਬਲਿਆਂ ਦੀ ਅਨੁਸਾਰੀ ਹੈ ਕਿ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਇਸ ਕਰਕੇ ਮੈਂ ਇਸ ਤਰੀਕੇ ਨਾਲ ਬੋਲਣ ਲੱਗ ਜਾਂਦਾ ਉਹ ਖਾਮੋਸ਼ੀ ਜੋ ਚਿੰਤਨ ਦੇ ਵਿੱਚੋਂ ਨਹੀਂ ਆਈ ਹੋਈ ਉਹ ਨਿੱਜੀ ਪ੍ਰਭਾਵਾਂ ਦੇ ਵਿੱਚੋਂ ਆਈ ਹੋਈ ਆ ਤੇ ਨਿੱਜੀ ਪ੍ਰਭਾਵਾਂ ਨੂੰ ਔਨ ਕਰਕੇ ਉਹ ਬਹੁਤ ਹਲਕੀ ਐ ਇਸ ਕਰਕੇ ਮੈਨੂੰ ਮੈਂ ਸਮਝਦਾ ਕਿ ਸੋਸ਼ਲ ਮੀਡੀਆ ਦੀ ਇਹ ਇਹ ਕਮਜ਼ੋਰੀ ਆ ਕਿ ਮੌਖਿਕਤਾ ਨੂੰ ਪ੍ਰਧਾਨਤਾ ਦਿੰਦੀ ਆ ਕੁਝ ਗੱਲਾਂ ਮੈਂ ਤੁਹਾਡੇ ਨਾਲ ਹੁਣ ਆ ਸਾਂਝੀਆਂ ਕਰਨੀਆਂ ਨੇ ਸਿਨੇਮੇ ਬਾਰੇ ਕਿਉਂਕਿ ਮੇਰਾ ਮੁੱਦਾ ਸਿਨੇਮੇ ਤੇ ਆ ਪੰਜਾਬੀ ਸਿਨੇਮਾ ਸਿਨੇਮਾ ਇਸ ਕਰਕੇ ਇੰਪੋਰਟੈਂਟ ਆ ਸਿਨੇਮਾ ਇਸ ਕਰਕੇ ਮਹੱਤਵਪੂਰਨ ਆ ਕਿ ਉਹ ਕਹਾਣੀ ਦੀ ਤਾਕਤ ਨੂੰ ਅਪਣਾਉਂਦਾ ਜਿਹੜਾ ਸੋਸ਼ਲ ਮੀਡੀਆ ਉਹਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਨੇ ਉਹਨਾਂ ਵਿੱਚ ਉਹ ਕਹਾਣੀ ਵਾਲੀ ਤਾਕਤ ਨਹੀਂ ਹੁੰਦੀ ਇਸ ਕਰਕੇ ਤੁਸੀਂ ਬਹੁਤ ਛੇਤੀ ਭੁੱਲ ਜਾਂਦੇ ਹੋ ਇਸ ਕਰਕੇ ਤੁਸੀਂ ਜਦੋਂ ਛੋਟੀਆਂ-ਛੋਟੀਆਂ ਚੀਜ਼ਾਂ ਦੇਖਦੇ ਹੋ ਤੁਸੀਂ ਇਸ ਗੱਲ ਦੇ ਚੱਕਰ 'ਚ ਵੀ ਭੁੱਲ ਜਾਂਦੇ ਵੀ ਕੀ ਸੱਚ ਆ ਤੇ ਕੀ ਝੂਠ ਪਰ ਜਿਹੜੀ ਨੈਰੇਟਿਵ ਦੀ ਤਾਕਤ ਆ ਵੱਡੀ ਕਹਾਣੀ ਦੀ ਤਾਕਤ ਆ ਉਹ ਤੁਹਾਨੂੰ ਐਕਸਪੀਰੀਅੰਸ ਦਿੰਦੀ ਆ ਅਨੁਭਵ ਦਿੰਦੀ ਆ ਮੈਂ ਇਦੀ ਸੌਖੀ ਐਗਜ਼ਾਮਪਲ ਦੇਣਾ ਕਿ ਮੰਨ ਲਓ ਕਿ ਤੁਸੀਂ ਦੇਸ਼ ਹੋਇਆ ਪਰਦੇਸ ਫਿਲਮ ਦੇਖਦੇ ਹੋ ਜਿਹੜੀ ਕਿ ਇਸ ਗੱਲ ਦੇ ਉੱਪਰ ਖੜੀ ਆ ਕਿ ਸਿੱਖਾਂ ਤੇ ਉਸ ਵਕਤ ਪੁਲਿਸ ਨੇ ਕਿੰਨਾ ਟੌਰਚਰ ਕੀਤਾ ਕਿ ਕਿਵੇਂ ਉਹਨਾਂ ਦੀਆਂ ਕੁੜੀਆਂ ਨੂੰ ਬੇਇੱਜ਼ਤ ਕੀਤਾ ਜਦੋਂ ਤੁਸੀਂ ਉਸ ਫਿਲਮ ਨੂੰ ਦੇਖਦੇ ਹੋ ਕਿਉਂਕਿ ਉਹ ਕਹਾਣੀ ਦੀ ਫਾਰਮ ਦੇ ਵਿੱਚ ਆ ਉਹ ਤੁਹਾਨੂੰ ਅਨੁਭਵ ਦਿੰਦੀ ਹੈ ਜਿਵੇਂ ਤੁਸੀਂ ਆਪ ਉਸ ਚੀਜ਼ ਨੂੰ ਹੰਡਾ ਰਹੇ ਹੋ ਮੈਂ ਇਸ ਗੱਲ ਨੂੰ ਦਾਅਵੇ ਨਾ ਕਹਿ ਸਕਦਾ ਕਿ ਜੇ ਕੋਈ ਪੰਜਾਬ ਸੰਕਟ ਤੇ ਸਾਰੀਆਂ ਫਿਲਮਾਂ ਦੇਖੇ ਉਸ ਤੋਂ ਬਾਅਦ ਉਹ ਪੁਲਿਸ ਤੋਂ ਡਰਨ ਲੱਗ ਜਾਓ ਕਿਉਂਕਿ ਸਾਰੀਆਂ ਫਿਲਮਾਂ ਦੇ ਵਿੱਚ ਪੁਲਿਸ ਨੂੰ ਬਹੁਤ ਤਾਕਤਵਰ ਰੂਪ ਦੇ ਵਿੱਚ ਦਿਖਾਇਆ ਗਿਆ ਜਿਹਦੀ ਫਿਰ ਆਪਣੀ ਰਾਜਨੀਤੀ ਬਣ ਜਾਂਦੀ ਹੈ ਤੁਹਾਨੂੰ ਜਦੋਂ ਅਨੁਭਵ ਦਿੱਤਾ ਜਾਂਦਾ ਜਿਹਨੂੰ ਪ੍ਰੋਸਥੈਟਿਕ ਐਕਸਪੀਰੀਅੰਸ ਵੀ ਕਿਹਾ ਗਿਆ ਤੁਹਾਡੇ ਉਹ ਸੱਚ ਦਾ ਹਿੱਸਾ ਬਣ ਜਾਂਦੀ ਹੈ ਜਿਹੜਾ ਕਿ ਸੋਸ਼ਲ ਮੀਡੀਆ ਦੀਆਂ ਛੋਟੀਆਂ ਬਾਈਟਸ ਆਮ ਤੌਰ ਤੇ ਨਹੀਂ ਬਣਦੀਆਂ ਹੈਗੀ ਜਿਹੜੀ ਕਹਾਣੀ ਹੈ ਜਦੋਂ ਪੂਰੀ ਕਹਾਣੀ ਬਣਦੀ ਹੈ ਇਸ ਕਰਕੇ ਸਿਨੇਮਾ ਜਾਂ ਬਾਕੀ ਕਹਾਣੀਆਂ ਮਹੱਤਵਪੂਰਨ ਹੋ ਜਾਂਦੀਆਂ ਨੇ ਹੁਣ ਸਵਾਲ ਇਹ ਹੈ ਕਿ ਪੰਜਾਬੀ ਸਿਨੇਮੇ ਦੇ ਵਿੱਚ ਜੇ ਮੈਂ ਕਹਾ ਕਿ ਸਿੱਖਾਂ ਦੀ ਪੇਸ਼ਕਾਰੀ ਕਿੰਨੀ ਕੁ ਪੇਸ ਹੋਈ ਆ ਜਾਂ ਸਿੱਖ ਵਿਚਾਰਾਂ ਦੀ ਕਿੰਨੀ ਪੇਸ਼ਕਾਰੀ ਹੋਈ ਆ ਤਾਂ ਜਿਹੜਾ ਪੰਜਾਬੀ ਸਿਨੇਮਾ ਉਹਦੇ ਵਿੱਚ ਬਹੁਤ ਲੰਮੀ ਧੀਰ ਤੱਕ ਜਿਹੜੀ ਸਿੱਖ ਪਹਿਚਾਣ ਆ ਉਹ ਗੈਰ ਹਾਜ਼ਰ ਰਹਿੰਦੀ ਆ ਤੇ ਜਿਹੜੇ ਧਰਮ ਨਾਲ ਮੁੱਦੇ ਜੁੜੇ ਹੋਏ ਨੇ ਉਹ ਵੀ ਗੈਰ ਹਾਜ਼ਰ ਰਹਿੰਦੇ ਤੇ ਜੇ ਤੁਸੀਂ ਹਿੰਦੀ ਸਿਨੇਮਾ ਵੱਲ ਦੇਖਦੇ ਹੋ ਉੱਥੇ ਜਿਹੜਾ ਸਿੱਖ ਜੇ ਕੋਈ ਕੈਰੈਕਟਰ ਜਾਂ ਪੰਜਾਬੀ ਕੈਰੈਕਟਰ ਪੇਸ਼ ਹੁੰਦਾ ਉਹ ਬਹੁਤ ਮਜ਼ਾਈਆ ਰੂਪ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾਂਦਾ ਜਾਂ ਫਿਰ ਉਹਨੂੰ ਬਹੁਤ ਹਿੰਸਕ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਜਾਂ ਫਿਰ ਉਹਨੂੰ ਜਿਹੜਾ ਦੁਕਾਨ ਵੇਚਣ ਵਾਲਾ ਚੀਜ਼ਾਂ ਵੇਚਣ ਵਾਲਾ ਉਹਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਯਾਨੀ ਜੇ ਦੀ ਉਹਦੀ ਜਿਹੜੀ ਉਹਦੀ ਇੱਕ ਹਸਤੀ ਆ ਜਿਹੜੀ ਸਮਝ ਲਓ ਕਿ ਉਹਨੂੰ ਉਹਦੇ ਬੀਇੰਗ ਨੂੰ ਨਿਰਧਾਰਿਤ ਕਰਦੀ ਆ ਉਸ ਨੂੰ ਗੈਰ ਹਾਜ਼ਰ ਕੀਤਾ ਜਾਂਦਾ ਬਲਕਿ ਸੱਚ ਤਾਂ ਇਹ ਹੈ ਆ ਹਿੰਦੀ ਸਿਨੇਮਾ ਦੇ ਮਾਮਲੇ ਦੇ ਵਿੱਚ ਕਿ ਹਿੰਦੀ ਸਿਨੇਮਾ ਕਿਸੇ ਖਾਸ ਪਛਾਣ ਨੂੰ ਪੇਸ਼ ਹੀ ਨਹੀਂ ਕਰਦਾ ਉਹਦੇ ਤੇ ਤੁਸੀਂ ਨਜ਼ਰ ਮਾਰੋ ਵੀ ਇਹ ਬੰਦਾ ਹੈ ਕੌਣ ਅਸਲ 'ਚ ਰਹਿੰਦਾ ਕਿੱਥੇ ਆ ਇਹਦੇ ਖਾਸ ਤਰ੍ਹਾਂ ਦਾ ਕਲਚਰ ਕੀ ਆ ਖਾਸ ਤਰ੍ਹਾਂ ਦੀ ਭਾਸ਼ਾ ਕੀ ਆ ਤੁਹਾਨੂੰ ਕੁਝ ਨਜ਼ਰ ਨਹੀਂ ਆਉਂਦਾ ਤੁਹਾਨੂੰ ਲੱਗਦਾ ਕਿ ਨਾਰਥ ਇੰਡੀਆ ਦਾ ਕੋਈ ਸ਼ਹਿਰੀ ਬੰਦਾ ਜਿਹਦੇ ਕਰ ਜਿਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਸਾਨੂੰ ਮਿਲਦੀ ਨਹੀਂ ਹੈਗੀ ਸੋ ਲੰਮਾ ਸਮਾਂ ਤਾਂ ਇਸ ਤਰ੍ਹਾਂ ਦੀ ਗੈਰ ਹਾਜ਼ਰੀ ਸਿਨੇਮੇ ਦੇ ਵਿੱਚੋਂ ਰਹਿੰਦੀ ਆ ਫਿਰ ਜਦੋਂ ਕੁਝ ਫਿਲਮਾਂ ਬਣਨੀਆਂ ਸ਼ੁਰੂ ਹੁੰਦੀਆਂ ਨੇ ਪੰਜਾਬ ਦੀ ਮਿਲੀਟੈਂਸੀ ਦੇ ਦੌਰ ਦੇ ਉੱਪਰ ਜਿਵੇਂ ਪਹਿਲੀਆਂ ਫਿਲਮਾਂ ਵਿੱਚੋਂ ਮਾਰਚਸ ਫਿਲਮ ਆਉਂਦੀ ਹੈ ਜੇ ਤੁਸੀਂ ਮਾਰਚਸ ਫਿਲਮ ਦੇ ਵਿੱਚ ਉਹਨਾਂ ਜਿਹੜੇ ਮਿਲੀਟੈਂਟ ਦਿਖਾਏ ਗਏ ਨੇ ਉਹਨਾਂ ਦੇ ਨਾਂ ਦੇਖੋ ਤੇ ਉਹਨਾਂ ਦੀਆਂ ਸੂਰਤਾਂ ਦੇਖੋ ਉਹ ਨਾਂ ਪੰਜਾਬੀ ਹੀ ਨਹੀਂ ਹੈਗੇ ਸਿੱਖ ਹੋਣੇ ਤਾਂ ਦੂਰ ਦੀ ਗੱਲ ਤੇ ਜਿਹੜੇ ਉਹਨਾਂ ਦੀਆਂ ਸੂਰਤਾਂ ਨੇ ਉਹ ਵੀ ਕਲੀਨ ਸ਼ੇਵਨ ਜਾਂ ਵਾਲ ਕੱਟੇ ਹੋਏ ਜਾਨੀ ਉਹ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਕਿ ਕੋਈ ਲੋਕ ਨੇ ਜਿਹੜੇ ਕਿ ਸਟੇਟ ਦੇ ਖਿਲਾਫ ਲੜ ਰਹੇ ਨੇ ਉਹਨਾਂ ਦੀ ਪਛਾਣ ਨੂੰ ਧੁੰਦਲਾ ਕਰ ਦਿੱਤਾ ਗਿਆ ਜਦੋਂ ਸਾਡਾ ਹੱਕ ਆਉਂਦੀ ਆ ਸਾਡਾ ਹੱਕ ਦੇ ਵਿੱਚ ਕਿਉਂਕਿ ਪਹਿਲੀ ਫਿਲਮ ਸੀ ਜਿਹਦੇ ਵਿੱਚ ਜਿਹੜਾ ਹੀਰੋ ਆ ਜਾਂ ਮੁੱਖ ਪਾਤਰ ਆ ਉਹ ਆਪਣੇ ਪੂਰੇ ਸਰੂਪ ਸਮੇਤ ਪੇਸ਼ ਹੁੰਦਾ ਉਸ ਤੇ ਫਿਰ ਬਹੁਤ ਵੱਡਾ ਬਵਾਲ ਐਸਜੀਪੀਸੀ ਵੀ ਇੱਕ ਵਾਰ ਬਿਆਨ ਦੇ ਕੇ ਫਿਰ ਮੁੱਕਰ ਜਾਂਦੀ ਹੈ ਕਿ ਅਸੀਂ ਇਸ ਫਿਲਮ ਨੂੰ ਸਪੋਰਟ ਨਹੀਂ ਕਰਦੇ ਹੈਗੇ ਫਿਰ ਉਹ ਬਹੁਤ ਦੂਰ ਤੱਕ ਜਾਂਦੀ ਹੈ ਤੇ ਫਿਰ ਦੂਰ ਜਾ ਕੇ ਮਸਾਂ ਉਹਨੂੰ ਪ੍ਰਵਾਨਗੀ ਮਿਲਦੀ ਆ ਤੇ ਬਹੁਤ ਸਾਰੀਆਂ ਫਿਲਮਾਂ ਨੂੰ ਸੈਂਸਰ ਬੋਰਡ ਸਰਟੀਫਿਕੇਸ਼ਨ ਹੀ ਨਹੀਂ ਦਿੰਦਾ ਹੈਗਾ ਜਿਵੇਂ ਤੂਫਾਨ ਸਿੰਘ ਫਿਲਮ ਬਣੀ ਆਪਾਂ ਇਸ ਗੱਲ ਨੂੰ ਭੁੱਲ ਜਾਈਏ ਕਿ ਇਹ ਫਿਲਮਾਂ ਚੰਗੀਆਂ ਨੇ ਮਾੜੀਆਂ ਨੇ ਉਹ ਤਾਂ ਬਾਅਦ ਦੀ ਗੱਲ ਆ ਉਸ ਨੂੰ ਸਰਟੀਫਿਕੇਸ਼ਨ ਹੀ ਨਹੀਂ ਦਿੱਤੀ ਜਾਂਦੀ ਤੇ ਉਹ ਫਿਲਮ ਫਿਰ ਮਾੜੀ ਮੋਟੀ ਕਿਤੇ YouTube ਤੇ ਰਿਲੀਜ਼ ਹੁੰਦੀ ਆ ਤਾਂ ਇਹਦੇ ਨਾਲ ਹੁੰਦਾ ਕੀ ਆ ਕਿ ਤੁਹਾਨੂੰ ਡਰਾਇਆ ਜਾਂਦਾ ਕਿ ਦੇਖੋ ਪੈਸਾ ਲੱਗਦਾ ਹਰੇਕ ਡਾਇਰੈਕਟਰ ਪੈਸਾ ਲਾਉਣ ਵਾਲਾ ਡਰ ਜਾਂਦਾ ਵੀ ਯਾਰ ਛੱਡੋ ਪਰਾਂ ਇਹ ਸਮੁੱਦੇ ਤੇ ਫਿਲਮ ਬਣਾਉਂਦੇ ਹੀ ਨਹੀਂ ਤੇ ਜੇ ਫਿਲਮ ਬਣਾਉਣੀ ਆ ਤਾਂ ਅਸੀਂ ਉਸ ਨੂੰ ਜਿਹੜਾ ਸਟੇਟ ਨੂੰ ਸੂਟ ਕਰੇ ਉਸ ਤਰੀਕੇ ਦੀ ਬਣਾ ਦਿੰਦੇ ਆ ਉਹਦੀ ਸਭ ਤੋਂ ਜਿਹੜੀ ਵੱਡੀ ਐਗਜ਼ਾਮਪਲ ਆ ਪੰਜਾਬ 1984 ਫਿਲਮ ਆ ਜਿਹੜੀ ਦਲਜੀਤ ਨੇ ਬਣਾਈ ਤੁਹਾਨੂੰ ਇੱਕ ਪੱਧਰ ਤੱਕ ਲੱਗੂਗਾ ਕਿ ਫਿਲਮ ਜਿਹੜੀ ਆ ਉਹ ਬਹੁਤ ਜੈਨੂਇਨ ਆ ਪਰ ਅੰਤ ਤੱਕ ਪਹੁੰਚਦੇ ਆ ਪਹੁੰਚਦੇ ਆ ਪਹੁੰਚਦੇ ਆ ਉਹ ਜਿਹੜੀ ਸਟੇਟ ਦੇ ਹੱਕ ਦੇ ਵਿੱਚ ਭੁਗਤ ਜਾਂਦੀ ਆ ਤੇ ਜਿਹੜੇ ਜਿਨ੍ਹਾਂ ਲੋਕਾਂ ਨੇ ਲੜਾਈ ਕੀਤੀ ਉਹਨਾਂ ਨੂੰ ਬਿਲਕੁਲ ਗਲਤ ਠਹਿਰਾ ਦਿੰਦੀ ਆ ਕਿ ਤੇ ਗੁਨਾਹ ਦੇ ਅਹਿਸਾਸ ਨਾਲ ਭਰ ਦਿੰਦੀ ਆ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਸੋ ਆਪਦੇ ਅਲੱਗ-ਅਲੱਗ ਤਰੀਕਿਆਂ ਨਾਲ ਜਿਹੜੀ ਆ ਹਕੂਮਤ ਜਿਹੜੀ ਆ ਉਹ ਤੁਹਾਨੂੰ ਡਰਾਉਂਦੀ ਆ ਜਿਵੇਂ ਹੁਣ ਤੁਹਾਨੂੰ ਘਰੋਂ ਚੱਕਣਾ ਜਾਂ ਘਰੇ ਪੁਲਿਸ ਭੇਜ ਦੇਣੀ ਉਹ ਡਰਾਉਣ ਦਾ ਤਰੀਕਾ ਕਿਤੇ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਡਰ ਜਾਣ ਮੈਂ ਇੱਕ ਡਾਇਰੈਕਟਰ ਨਾਲ ਗੱਲ ਕਰ ਰਿਹਾ ਸੀ ਉਹਨੇ ਫਿਲਮ ਲਿਖੀ ਹੋਈ ਸੀ ਤੇ ਮੈਂ ਕਿਹਾ ਤੁਸੀਂ ਫਿਲਮ ਕਦੋਂ ਬਣਾ ਰਹੇ ਹੋ ਕਹਿੰਦਾ ਜੀ ਨਹੀਂ ਫਿਲਮ ਨਹੀਂ ਬਣਾਉਣੀ ਹੈਗੀ ਤੇ ਫਿਰ ਮੁੜ ਕੇ ਪਤਾ ਨਹੀਂ ਉਹਦਾ ਕੀ ਬਣ ਜਾਣਾ ਤੇ ਕੀ ਨਹੀਂ ਹੋਣਾ ਹੈਗਾ ਇਸ ਕਰਕੇ ਅਸੀਂ ਤੇ ਇਸ ਚੱਕਰ ਦੇ ਵਿੱਚ ਪੈਂਦੇ ਹੀ ਨਹੀਂ ਹੈਗੇ ਇਸ ਕਰਕੇ ਸੈਕੂਲਰ ਇਸ਼ੂਸ ਦੇ ਉੱਪਰ ਹੀ ਜਿਹੜੀ ਅਸੀਂ ਤਾਂ ਫਿਲਮ ਬਣਾਵਾਂਗੇ ਜੇ ਬਣਾਵਾਂਗੇ ਤਾਂ ਉਹ ਜਿਹੜੀ ਉਹਦੇ ਪੱਖ 'ਚ ਹੋਊਗੀ ਤਾਂ ਉਹੀ ਬਣਾਈ ਜਾਊਗੀ ਸੋ ਇਸ ਤਰ੍ਹਾਂ ਦੀ ਹਾਲਤ ਮੋٹے ਰੂਪ ਦੇ ਵਿੱਚ ਆ ਸਿਨੇਮੇ ਦੀ ਬਣੀ ਹੋਈ ਆ ਹੁਣ ਤਾਂ ਜਿਹੜਾ 84 ਦਾ ਮੁੱਦਾ ਅਸੀਂ ਜਾਂ ਸਿੱਖ ਇਸ਼ੂਸ ਦਾ ਕੋਈ ਮੁੱਦਾ ਹੋਵੇ ਉਹਦੇ ਤੇ ਫਿਲਮਾਂ ਬਣਨੀਆਂ ਹੀ ਬੰਦ ਹੋ ਗਈਆਂ ਨੇ ਤੇ ਭਵਿੱਖ ਦੇ ਵਿੱਚ ਇਸ ਤਰੀਕੇ ਦੀ ਕੋਈ ਆਸ ਵੀ ਨਜ਼ਰ ਨਹੀਂ ਆਉਂਦੀ ਇੱਕ ਵਾਰ ਇਹ ਲੱਗਿਆ ਸੀ ਕਿ ਹੁਣ ਨਵੇਂ ਪਲੈਟਫਾਰਮ ਆ ਗਏ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਕਿ Netflix ਆ ਗਿਆ Amazon ਆ ਗਿਆ ਹੋਰ Hotstar ਆ ਗਿਆ Chupaal ਆ ਗਿਆ ਤਾਂ ਸ਼ਾਇਦ ਨਾ ਕਿ ਸਾਨੂੰ ਵੱਡੇ ਸਿਨੇਮੇ 'ਚ ਫਿਲਮ ਰਿਲੀਜ਼ ਕਰਨ ਦੀ ਜ਼ਰੂਰਤ ਨਹੀਂ ਰਹੂਗੀ ਕਿ ਅਸੀਂ ਮਤਲਬ ਸਿੱਧੀ ਫਿਲਮ ਉੱਥੇ ਦਿਖਾ ਲਿਆ ਕਰਾਂਗੇ ਤੇ ਪਰ ਉਹ ਵੀ ਉਸ ਦਾ ਕੋਈ ਚੰਗਾ ਨਤੀਜਾ ਨਹੀਂ ਨਿਕਲਿਆ ਹੈਗਾ ਉੱਥੇ ਵੀ ਉਹ ਦਰਸ਼ਕਾਂ ਦੀ ਖੋਜ ਵੀਣ ਕਰਕੇ ਦੇਖਦੇ ਆ ਟੈਕਨੀਕ ਦੇ ਰਾਹੀ ਵੀ ਕਿਹੜੀ ਫਿਲਮ ਪਸੰਦ ਕੀਤੀ ਜਾਂਦੀ ਹੈ ਕਿਹਨੂੰ ਘੱਟ ਦੇਖਦੇ ਆ ਉੱਥੇ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਰਿਲੀਜ਼ ਹੋਣ ਦੀ ਜਿਹੜੀ ਕੋਈ ਸੰਭਾਵਨਾ ਬਣ ਰਹੀ ਸੀ ਉਹ ਖਤਮ ਹੋ ਗਈ ਆ ਤੇ ਇਸ ਮੁੱਦੇ ਤੇ ਕੋਈ ਫਿਲਮਾਂ ਆਉਣਗੀਆਂ ਇਸ ਗੱਲ ਦਾ ਹੁਣ ਯਕੀਨ ਨਹੀਂ ਵੱਜਦਾ ਹੈਗਾ ਤੇ ਜੇ ਆਊਗੀ ਤਾਂ ਸਿਨੇਮੇ ਦੀ ਘਾੜ ਤੇ ਇਸ ਤਰ੍ਹਾਂ ਦੀ ਆ ਕਿ ਉਸ ਨੇ ਚੀਜ਼ਾਂ ਨੂੰ ਇੱਕ ਇਹ ਵੀ ਆਖਰੀ ਗੱਲ ਕਰਕੇ ਮੈਂ ਗੱਲ ਖਤਮ ਕਰੂੰਗਾ ਕਿ ਜਦੋਂ ਤੁਹਾਡੇ ਤੇ ਇਹ ਪ੍ਰੈਸ਼ਰ ਹੋਵੇ ਨਾ ਵੈਸੇ ਹੋਰ ਰੂਪ ਚ ਗੱਲ ਆ ਗਈ ਹੈ ਇਹ ਕਿ ਤੁਸੀਂ ਲੋਕਾਂ ਚ ਪ੍ਰਵਾਨ ਚਾਣਨਾ ਤੇ ਦੂਜੀ ਗੱਲ ਕਿ ਲੋਕ ਵੱਧ ਤੋਂ ਵੱਧ ਪਸੰਦ ਕਰਨ ਤਾਂ ਤੁਸੀਂ ਆਪਦੀ ਗੱਲ ਨੂੰ ਲੋਕਾਂ ਦੇ ਅਨਸਾਰ ਬਣਾਉਣ ਲੱਗ ਜਾਂਦੇ ਹੋ ਤੁਹਾਨੂੰ ਅਚੇਤ ਹੀ ਦਬਾ ਪੈਣਾ ਸ਼ੁਰੂ ਹੋ ਜਾਂਦਾ ਲੋਕਾਂ ਦਾ ਜਿਵੇਂ ਇਹਦੀ ਸੌਖੀ ਐਗਜ਼ਾਮਪਲ ਆ ਕਿ ਜੋੜੀ ਫਿਲਮ ਆਈ ਹੁਣੇ-ਹੁਣੇ ਉਹ ਜੋੜੀ ਫਿਲਮ ਦੇ ਵਿੱਚ ਚਮਕੀਲੇ ਦੀਆਂ ਜਿਹੜੀਆਂ ਵੀ ਔਖੀਆਂ ਗੱਲਾਂ ਸੀ ਮਸਾਲੇ ਦੇ ਤੌਰ ਤੇ ਦਲਤ ਦੇ ਵਿੱਚੋਂ ਪਰਿਵਾਰ ਦੇ ਵਿੱਚ ਵਿੱਚੋਂ ਸੀ ਜਾਂ ਉਹ ਉਹਦੇ ਤੇ ਅਸ਼ਲੀਲਤਾ ਦਾ ਇਸ਼ੂ ਸੀ ਜਿਹੜਾ ਉਹ ਜਿਹੜੀ ਫਿਲਮਕਾਰ ਜਦੋਂ ਫਿਲਮ ਬਣਾਉਂਦਾ ਉਹ ਇਹਨਾਂ ਇਸ਼ੂਜ਼ ਨੂੰ ਛੱਡ ਦਿੰਦਾ ਤੇ ਬਹੁਤ ਸੌਖੀਆਂ ਸੌਖੀਆਂ ਗੱਲਾਂ ਲੈਂਦਾ ਤਾਂ ਜਿਹੜਾ ਸੋਸ਼ਲ ਮੀਡੀਆ ਜਾਂ ਸਿਨੇਮਾ ਇਹਦੀ ਇੱਕ ਫਿਤਰਤ ਆ ਕਿ ਚੀਜ਼ਾਂ ਨੂੰ ਸੌਖੀਆਂ ਕਰ ਦੇਣਾ ਸੌਖੀਆਂ ਕਰਨ ਦਾ ਮਤਲਬ ਹੈ ਕਿ ਜਿਹੜੀਆਂ ਜਟਲਤਾਵਾਂ ਨੇ ਜਿਹੜੀਆਂ ਅੰਤਰ ਵਿਰੋਧਤਾਵਾਂ ਨੇ ਉਹਨਾਂ ਨੂੰ ਖਤਮ ਕਰ ਦੇ ਜਾਂਦਾ ਤਾਂ ਜਿਹੜੀ ਜਟਲ ਚੀਜ਼ ਆ ਉਹਦੇ ਵਿੱਚ ਹੀ ਕੋਈ ਤੰਤ ਹੁੰਦਾ ਤੇ ਤੁਸੀਂ ਪਬਲਿਕ ਦੀ ਪ੍ਰਵਾਨਗੀ ਲਈ ਤੇ ਸਾਰਿਆਂ ਨੂੰ ਸੌਖੀ ਸਮਝ ਆ ਜਵੇ ਤੇ ਪਸੰਦ ਹੋ ਜਵੇ ਤੁਸੀਂ ਉਹਦੇ ਵਿੱਚੋਂ ਸਾਰੀਆਂ ਚੀਜ਼ਾਂ ਕੱਢ ਦੇ ਜਾਂਦੇ ਹੋ ਮੈਂ ਤਾਂ ਇਹ ਵੀ ਕਹਿਣਾ ਹੁੰਦਾ ਕਿ ਜਿਹੜਾ ਪਾਪੂਲਰ ਆ ਸਭ ਤੋਂ ਪਹਿਲਾਂ ਉਹ ਇਸੇ ਕਰਕੇ ਸਵਾਲਾਂ ਦੇ ਘੇਰੇ ਦੇ ਵਿੱਚ ਆਉਂ ਕੋਈ ਪਾਪੂਲਰ ਜਿਹੜੀ ਜਿਹਨੂੰ ਸਾਰੇ ਹੀ ਪਸੰਦ ਕਰੀ ਜਾਂਦੇ ਨੇ ਸਾਰੇ ਜਿਹਨੂੰ ਇੰਜੋਏ ਕਰੀ ਜਾਂਦੇ ਨੇ ਇਹ ਤਾਂ ਮੇਰੇ ਕੋਲ ਚ ਕੋਈ ਗੜਬੜ ਆ ਉਸ ਨੂੰ ਹੋਰ ਧਿਆਨ ਨਾਲ ਦੇਖਣ ਦੀ ਲੋੜ ਆ

Bye.